ਕਾਂਗਰਸੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਮੋਰਚਾ ਖੋਲਣ ਤੇ ਮੁਅੱਤਲ ਕੀਤੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਹੁਣ ਤਰਨ ਤਾਰਨ ਦੇ ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਮੱਥਾ ਲਾਇਆ ਹੈ। ਅਸਲ ਵਿੱਚ ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਤੁਲਨਾ ਲਾਹੌਰ ਦੇ ਮੁਗਲ ਗਵਰਨਰ ਜ਼ਕਰੀਆ ਖਾਨ ਨਾਲ ਕੀਤੀ ਹੈ, ਜਿਸ ਤੇ ਮੁਅੱਤਲ ਡੀਐਸਪੀ ਦੇ ਤੁਰੰਤ ਕਾਰਵਾਈ ਵੀ ਹੋ ਗਈ ਅਤੇ ਗੈਰ ਜ਼ਮਾਨਤੀ ਧਰਾਵਾਂ ਤਹਿਤ ਮੁਕੱਦਮਾ ਦਰਜ ਹੋ ਗਿਆ। ਸੇਖੋਂ ਨੇ ਫੇਸਬੁੱਕ ਉੱਪਰ ਇੱਕ ਪੋਸਟ ਪਾਈ ਸੀ ਜਿਸ ਤੇ ਤੁਰੰਤ ਕਾਰਵਾਈ ਹੋ ਗਈ। ਐਤਵਾਰ ਨੂੰ ਉਸ ਦੇ ਖਿਲਾਫ ਸੈਕਸ਼ਨ 153A ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ, ਧਾਰਾ 500 ਮਾਣਹੱਤਕ ਅਤੇ ਸੈਕਸ਼ਨ 66 ਆਫ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੱਟੀ ਪੁਲਿਸ ਸਟੇਸ਼ਨ ਵਿੱਚ MLA ਹਰਮਿੰਦਰ ਸਿੰਘ ਗਿੱਲ ਦੇ ਨਜ਼ਦੀਕੀ ਰਾਜਕਰਨ ਸਿੰਘ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ। ਜ਼ਿਕਰੇ ਖਾਸ ਹੈ ਕਿ ਮਈ ਦੇ ਪਹਿਲੇ ਹਫ਼ਤੇ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਹਰੀਕੇ ਦੇ SHO ਨਵਦੀਪ ਸਿੰਘ ਨਾਲ ਵਿਵਾਦ ਹੋ ਗਿਆ ਸੀ। SHO ਅਤੇ ਵਿਧਾਇਕ ਦਰਮਿਆਨ ਤਲਕ ਕਲਾਮੀ ਦੀ ਆਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਰਹੀ। SHO ਸਾਹਿਬ ਹੋ ਰਹੀ ਸੀ ਹਰੀਕੇ ਤੋਂ? ਹਾਂਜੀ ਹਾਂਜੀ ਹਾਂਜੀ, MLA ਸਾਹਿਬ ਗੱਲ ਕਰਨਗੇ ਜੀ। ਭਾਜੀ SHO ਸਾਹਿਬ ਲਾਈਨ ਤੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ MLA ਸਾਹਿਬ। ਹਾਂਜੀ SHO ਸਾਹਿਬ, ਕਿੰਨੇ ਪਿੰਡ ਲੱਗੇ ਜੀ ਇੱਥੇ ਹਰੀਕੇ ਖਾਣੇ? ਹਾਂਜੀ ਹੈ, ਹਾਂਜੀ ਸਰ। ਕਿੰਨੇ ਦਿਨ ਹੋ ਗਏ ਤੁਹਾਨੂੰ ਹਰੀਕੇ ਲੱਗੇ ਨੂੰ? ਮੇਰੀ ਪਰਸੋਂ ਹਾਰੀ ਪਈ। ਕਿੰਨੇ ਦਿਨ ਹੋਏ ਤੁਹਾਨੂੰ ਹਰੀਕੇ ਲੱਗੇ ਨੂੰ? ਦੱਸੋ ਪਰਸੋਂ ਹਾਰੀ। ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਪੱਟੀ ਹਲਕੇ 'ਚ ਕੋਈ MLA ਨਹੀਂ ਗਾ, ਉਹਨੂੰ ਕੱਲ੍ਹ ਟੈਲੀਫੋਨ ਕਰਨਾ ਹੈ? ਨਹੀਂ ਸਰ, ਮੈਂ ਪਰਮਿਸ਼ਨ ਲਈ ਸੀਗੀ ਸਰ ਤੋਂ। ਇੱਕ ਮੇਰੀ ਸੁਣਨਾ, ਮੇਰੇ ਛੋਟੇ ਵੀਰ MLA ਦੀ ਕੋਈ ਪਾਵਰ ਹੁੰਦੀ ਆ? ਬੁੱਧੂ ਨਹੀਂ MLA ਤੁਰੇ ਫਿਰਦੇ ਜਿੱਥੇ ਜਿੱਥੇ ਮਰਜ਼ੀ SHO ਲੱਗ ਜਾਓ, ਜਿੱਥੇ ਮਰਜ਼ੀ ਚੌਂਕੀ ਇੰਚਾਰਜ ਲੱਗ ਜਾਓ, ਤੇ ਬੁੱਧੂ ਨਹੀਂ ਕੋਈ MLA? ਨਹੀਂ ਨਹੀਂ, ਤੁਹਾਡੇ ਮਨ 'ਚ ਕੋਈ ਸ਼ਾਇਦ ਭੁਲੇਖਾ ਹੋਵੇ, ਜਿੱਥੇ ਮਰਜ਼ੀ SHO ਕਰਦੇ ਰਹੋ, ਤੂੰ ਕਿਵੇਂ SHO ਸ਼ਿਫਟ ਕਰੇਗਾ MLA ਨੂੰ ਗੱਲ ਕਰਦੇ ਬਿਨਾਂ? ਨਹੀਂ ਸਰ, ਕਰਫਿਊ ਗੱਲ ਕੀਤੀ ਹੈ ਮੈਨੂੰ? ਇਹ ਤੂੰ ਕਰਫਿਊ ਗੱਲ ਕੀਤੀ ਹੈ ਮੈਨੂੰ? ਨਹੀਂ ਸਰ, ਇਹੋ ਜਿਹੀ ਤਾਂ ਗੱਲ ਕੋਈ ਨਹੀਂ। ਦੱਸੋ ਮੈਨੂੰ, ਮੈਂ ਇੱਥੇ MLA ਮੈਂ ਪਾਕਿਸਤਾਨ ਦੇ ਚਲੇ ਗਿਆ, ਮੈਨੂੰ ਕਰਫਿਊ ਗੱਲ ਕੀਤੀ ਹੈ? ਟੈਲੀਫੋਨ ਕੀਤਾ ਹੈ? ਕਿੰਨੇ MLA ਨੇ ਪੱਟੀ ਹਲਕੇ ਦੇ ਵਿੱਚ? ਨਹੀਂ ਸਰ, ਸੋਰੀ, ਤੂੰ ਮਾਂ ਕੋਲ ਟਿਕਿਆ? ਨਹੀਂ ਸਰ, ਇਹ ਤੂੰ ਮੈਂ ਦੱਸ ਆਪਣੇ ਨੂੰ ਕੀ ਸਮਝਦਾ ਤੂੰ? ਨਹੀਂ ਸਰ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਰੱਬ ਬਣ ਕੇ SHO ਲੱਗ ਗਿਆ ਜਦੋਂ? ਨਹੀਂ ਨਹੀਂ ਸਰ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਤੂੰ ਮੈਨੂੰ ਦੱਸ, ਮੈਨੂੰ ਦੱਸ ਵੀ ਜਿਉਂਦਾ SHO ਲੋਗਾ, ਕਿੰਨੀ ਵਾਰੀ SSP ਨੇ ਆਪਣੇ ਨਾਲ ਗੱਲ ਕੀਤੀ ਤੂੰ? ਮੈਨੂੰ SSP, ਦੇਖੇ SSP ਨਾਲ ਗੱਲ ਕਰਦਾ, MLA ਜ਼ਰੂਰੀ ਨਹੀਂ ਕਿ ਤੈਨੂੰ, ਜਿਹੜਾ ਕਿਸੇ ਨੂੰ ਠੰਡ ਕਰਨ ਨੂੰ ਕੰਮ ਕਰਦਾ ਤੂੰ ਰੋਕ ਦਿੰਦਾ, ਉਹਨੂੰ ਕੰਮ ਨਹੀਂ ਕਰਨਾ, ਆਹ ਨਹੀਂ ਕਰਨਾ, ਜੋ ਨਹੀਂ ਕਰਨਾ, ਕੀ ਤੇਰਾ ਮਤਲਬ ਬੰਦਾ? ਨਹੀਂ ਸਰ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਇਹ ਬਲਬੀਰ ਸਿੰਘ ਠੰਡਕਰ ਨੂੰ ਮੈਂ ਕੰਮ ਕਿਹਾ ਹੈ, ਇਹਨੂੰ ਉਹਨੇ ਦੱਸਿਆ ਵੀ ਅਲੀਪੁਰ ਦਾ ਕੰਮ ਕਿਹਾ, ਤੂੰ ਕਿਉਂ ਰੋਕਿਆ ਉਹਨੂੰ ਕੰਮ ਕਰਨ ਤੋਂ? ਕਿਹੜਾ ਸਰ, ਕਿਹੜਾ ਕੰਮ? ਬਲਬੀਰ ਸਿੰਘ ਠੰਡਕਰ ਨੂੰ ਪੁੱਛੇ ਅਲੀਪੁਰ ਵਾਸਤੇ ਕਿਹਾ? ਨਹੀਂ ਸਰ, ਮੇਰੇ ਨੌਲੇਜ 'ਚ ਨਹੀਂ ਹੋਊ। ਇਸ ਆਡੀਓ ਨੂੰ ਵਾਇਰਲ ਕਰਨ ਤੇ SHO ਦਾ ਤਬਾਦਲਾ ਹੋ ਗਿਆ ਸੀ। ਇਸੇ ਨੂੰ ਆਧਾਰ ਬਣਾ ਮੁਅੱਤਲ DSP ਬਲਵਿੰਦਰ ਸਿੰਘ ਸੇਖੋਂ ਵੱਲੋਂ ਫੇਸਬੁੱਕ ਉੱਪਰ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਹਨਾਂ ਨੇ ਵਿਧਾਇਕ ਦੇ ਖਿਲਾਫ ਇਹ ਅਲਫਾਜ਼ ਵਰਤੇ ਸਨ ਤੇ ਨਾਲ ਹੀ ਪੁਲਿਸ ਦੇ ਖਿਲਾਫ ਵੀ ਜੰਮ ਕੇ ਭੜਾਸ ਕੱਢੀ ਸੀ। ਉਹਨਾਂ ਨੇ ਇਸ ਪੋਸਟ ਵਿੱਚ DGP ਉੱਪਰ ਵੀ ਟਿੱਪਣੀ ਕੀਤੀ ਸੀ। ਇਸ ਸਭ ਨੂੰ ਆਧਾਰ ਬਣਾਉਂਦਿਆਂ ਗੈਰ ਜ਼ਮਾਨਤੀ ਧਰਾਵਾਂ ਤਹਿਤ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। SP ਇਨਵੈਸਟੀਗੇਸ਼ਨ ਜਗਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਹਾਲਾਂਕਿ ਮੁਅੱਤਲ DSP ਬਲਵਿੰਦਰ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਉਸ ਦੇ ਖਿਲਾਫ ਇਹ ਸਭ ਕਾਰਵਾਈ ਅਸਲ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਇਸ਼ਾਰੇ ਤੇ ਹੋ ਰਹੀ ਹੈ, ਜੋ ਲੁਧਿਆਣਾ ਵਿੱਚ ਜ਼ਮੀਨ ਦੀ ਮਲਕੀਅਤ ਤਬਾਦਲੇ ਦੇ ਇੱਕ ਮਾਮਲੇ ਵਿੱਚ ਉਸ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਉਸ ਨਾਲ ਖਾਰ ਰੱਖਦਾ ਹੈ। ਇੱਥੇ ਇਹ ਵੀ ਜ਼ਿਕਰੇ ਖਾਸ ਹੈ ਕਿ ਬਲਵਿੰਦਰ ਸਿੰਘ ਸੇਖ ਨੂੰ ਲੰਘੇ ਦਸੰਬਰ ਮਹੀਨੇ ਮੁਅੱਤਲ ਕਰ ਦਿੱਤਾ ਗਿਆ ਸੀ, ਜਦੋਂ ਉਸ ਦੀ ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵਿਵਾਦ ਹੋ ਗਿਆ ਸੀ। ਮੰਤਰੀ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਇਲਜ਼ਾਮ ਤਹਿਤ ਸਰਕਾਰ ਨੇ ਉਸ ਨੂੰ ਮੁਅੱਤਲ ਕੀਤਾ। ਉਸ ਦੇ ਖਿਲਾਫ ਜਾਂਚ ਪਹਿਲੇ ਮਾਮਲੇ ਦੀ ਵੀ ਜਾਰੀ ਹੈ, ਪਰ ਹੁਣ ਇੱਕ ਹੋਰ ਕਾਂਗਰਸ ਵਿਧਾਇਕ ਨਾਲ ਲੈ ਪੰਗੇ ਨੇ ਉਸ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਥਾਣਾ ਪੱਟੀ ਵਿੱਚ ਉਸ ਖਿਲਾਫ ਗੈਰ ਜ਼ਮਾਨਤੀ ਧਰਾਵਾਂ ਤਹਿਤ ਮੁਕੱਦਮਾ ਦਰਜ ਹੋਇਆ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।